A South Asian Canadian channel. देश भर के भाजपा लीडर का विरोध किसान वालों लगातार किया जा रहा है। तस्वीर कदे हरियाणा तो आदि ने तो कदे पंजाब तो अज तुहानू पंजाब दे राजपुरा तो तस्वीर दिखावांगे जिथे भाजपा दे जिला प्रभारी भुपेश अग्रवाल जदों राजपुरा मीटिंग करन पहुंचे तां किसानां वलों उन्हां दा घेराओ किया गया। उत्थे ही कुछ लीडरां नू पजा पजा के किसानां वलों मारदियां दियां वी तस्वीर सामने आईयां ने। तस्वीरां 'च तुसीं वेख भी पा रहे हो किस तरह किसान जिहड़े ने उह भाजपा लीडरां नू मीटिंग करन तों रोक रहे ने अते जदों किसान विरोध करते हैं तो भाजपा वर्कर भी उन्हों का विरोध करते हैं। यही कारण है कि आपस के बीच इन्हों का कलैश हो जाता है तो उस तो बाद भाजपा लीडर के पिछे भजना शुरू कर देंगे ने। तस्वीर 'च भी तुसीं वेख पा रहे हो कि यह तस्वीर जिहड़ियां ने उह राजपुरा दियां ने जिथे भाजपा लीडर अते पुलिस अगे अगे भजदी नज़र आ रही है। उत्थे ही किसान इन्हां लीडरां दे पिछे भजदे नज़र आ रहे ने। भावें कि पुलिस वलों पूरे प्रबंध किए हुए सन पर पुलिस भी सैकड़ों की तादाद दे विच किसानां नूं वेख कुछ कर नहीं सकी। इस मौके भाजपा लीडरां ने आरोप लगाए ने कि पंजाब दे विच पुलिस किसानां दे नाल मिली हुई है अते भाजपा दे लीडरां नूं टारगेट किया जाता है। की कुछ कहना है भाजपा लीडर का, आओ सुनते हैं। ਮੇਰਾ ਸ਼ਾਂਤੀ ਸਫਰ ਕੀ ਹੋਇਆ ਅੱਜ ਕਿਸਾਨਾਂ ਵੱਲੋਂ ਅੱਜ ਨਾ ਮੀਟਿੰਗ ਸੀ ਮੰਡਲ ਦੀ ਅੱਛਾ ਜੀ ਬੀਜੇਪੀ ਦੀ ਅੱਛਾ ਜੀ ਤੇ ਮੀਟਿੰਗ ਖਤਮ ਹੋਈ ਹੈ ਅਸੀਂ ਬਾਹਰ ਨਿਕਲਣ ਲੱਗੇ ਹਾਂ ਕੁਝ ਜਾਣਦਾ ਵੀ ਇਹਨਾਂ ਨੂੰ ਜਿਹੜੇ ਮੁੰਡੇ ਹੈ ਹਾਂਜੀ ਹੈ ਤਾਂ ਕਾਂਗਰਸ ਪਾਰਟੀ ਤੋਂ ਹਾਂਜੀ ਲੇਕਿਨ ਸ਼ਰਾਰਤ ਉਹਨਾਂ ਨੇ ਮਾਰ ਕੁੱਟਣ ਲੱਗ ਗਏ ਠੀਕ ਹੈ ਜੀ ਲੇਕਿਨ ਇਹ ਵੀ ਚਲੋ ਪੁਲਿਸ ਹੈਗੀ ਜੀ ਪ੍ਰਸ਼ਾਸਨ ਥੋੜ੍ਹਾ ਬਚਾਓ ਕਰਨਾ ਅੰਦਰ ਹੋਰ ਕੌਣ ਕੌਣ ਨੇ ਤੁਹਾਡੇ ਨਾਲ ਸਾਰੇ ਹੈਗੇ ਜ਼ਿਲ੍ਹਾ ਪ੍ਰਧਾਨ ਵੀ ਨੇ ਹਾਂ ਹਾਂ ਹੋਰ ਵੀ ਕੋਈ ਵੱਡਾ ਲੀਡਰ ਕੋਈ ਵੱਡਾ ਲੀਡਰ ਕੋਈ ਗੱਡੀ ਹੋਰ ਇੱਕ ਗੱਡੀ ਮੇਰੀ ਗੱਡੀ ਨਾ ਉੱਥੇ ਵੱਡਾ ਲੀਡਰ ਸੀ ਕਿਹੜੀ ਵੱਡਾ ਲੀਡਰ ਭੁਪੇਸ਼ ਅਗਰਵਾਲ ਉੱਥੇ ਹੀ ਪੁਲਿਸ ਨੇ ਵੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਭਾਜਪਾ ਦੇ ਲੀਡਰ ਆਰੋਪ ਲਗਾ ਰਹੇ ਨੇ ਕਿ ਪੁਲਿਸ ਦੀ ਸ਼ੈ ਉੱਤੇ ਉਹਨਾਂ ਤੇ ਹਮਲਾ ਹੋਇਆ ਇਹ ਬਿਲਕੁਲ ਗਲਤ ਹੈ। ਉਹਨਾਂ ਨੇ ਉਲਟਾ ਭਾਜਪਾ ਲੀਡਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਬੇਬੁਨਿਆਦ ਦੋਸ਼ ਨੇ ਜੀ। ਆਲਰੇਡੀ ਅਸੀਂ 100 ਬੰਦਾ ਇੱਥੇ ਡਿਪਲਾਈ ਕੀਤਾ ਹੋਇਆ, 2 SHO ਨੇ, ਸਾਰੇ ਫੋਰਸ ਵਾਲੇ ਦੋਲੇ ਨਾਕੇ ਲੱਗੇ ਹੋਏ ਨੇ। ਬਾਹਰ ਕਿਸਾਨ ਆਪਣਾ ਪ੍ਰਦਰਸ਼ਨ ਕਰ ਰਹੇ ਸੀ, ਅੰਦਰ ਇਹਨਾਂ ਨੇ ਆਪਣਾ ਪ੍ਰੋਗਰਾਮ ਕਰਕੇ ਜਿਹੜਾ ਸੀ ਇਹਨਾਂ ਨੂੰ ਜਦੋਂ ਐਜੂਕੇਸ਼ਨ ਸ਼ੁਰੂ ਇਹਨਾਂ ਨੂੰ ਉਦੋਂ ਬਾਅਦ ਇੱਥੋਂ ਸੇਫਲੀ ਬਾਹਰ ਕੱਢਿਆ। ਅੱਗੇ ਜਾ ਕੇ ਗੱਡੀਆਂ ਦੇ ਵਿੱਚ ਆਪਣਾ ਜਾ ਰਹੇ ਸੀ, ਅੱਗੇ ਕਿੱਥੇ ਕੋਈ ਘੇਰ ਕੇ ਨਾ ਕੋਈ ਬਾਹਰਲੇ ਪਾਸੇ ਕੋਈ ਚੂਚੂ ਮੈਂ ਮਿਲ ਗਿਆ ਸਕਦੀ ਹੋਈ ਉਹਨਾਂ ਸਾਡੇ ਸਾਹਮਣੇ ਕੁਛ ਨਹੀਂ। ਸਰ ਚਾਹੀਦਾ ਤੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ, ਜਦਕਿ ਕਿਸਾਨ ਇਹਨਾਂ ਅੰਦੋਲਨ ਚੱਲ ਰਿਹਾ ਉਹਨਾਂ ਦਾ ਰੋਸ ਹੈ ਕਿ ਇਹਨਾਂ ਨੂੰ ਫਿਰ ਵੀ ਇਹ ਬੀਜੇਪੀ ਵਾਲੇ ਮੀਟਿੰਗਾਂ ਕਰ ਰਹੇ ਨੇ। ਦੇਖੋ ਜੀ, ਤਾਂ ਹਰ ਲੈਵਲ ਦੇ ਉੱਤੋਂ ਜੋ ਲੈ ਕੇ ਆਉਂਦੇ ਨੇ ਪਰਮਿਸ਼ਨ ਉਹ ਪਹਿਲੇ ਬਾਰੇ ਅਸੀਂ ਤਾਂ ਸਮਝ ਸਕਦੇ, ਲੇਕਿਨ ਅਸੀਂ ਇਹਨਾਂ ਨੂੰ ਪੂਰਾ ਪ੍ਰੋਟੈਕਸ਼ਨ ਦੇ ਕੇ ਜਿਹੜਾ ਇਹਨਾਂ ਦਾ ਜਿਹੜਾ ਸੀ। ਕਿੰਨੇ ਕੁ ਬੰਦੇ ਸਰ ਕਿਹੜੀ ਬੀਜੇਪੀ ਦੇ ਕਿਹੜੇ ਆਗੂ ਸੀ? ਸ਼੍ਰੀ ਭੁਪੇਸ਼ ਅਗਰਵਾਲ ਜੀ ਸੀਗੇ ਤੇ ਨਾਲ ਉਹਨਾਂ ਦੇ 50-60 ਬੰਦੇ ਸੀ ਜਿਹੜੇ ਅੰਦਰ ਮੀਟਿੰਗ ਕਰ ਰਹੇ ਸੀ। ਉੱਥੇ ਹੀ ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਭਾਜਪਾ ਲੀਡਰ ਕੋਈ ਵੀ ਮੀਟਿੰਗ ਕਰਨਗੇ ਤਾਂ ਉਸਦਾ ਵਿਰੋਧ ਇਸੇ ਤਰ੍ਹਾਂ ਹੁੰਦਾ ਰਹੇਗਾ। ਲਖਵਿੰਦਰ ਸਿੰਘ ਜੀ, ਬਲਾਕ ਪ੍ਰਧਾਨ ਸਿੱਧੂ ਪਰ, ਅੱਜ ਅਸੀਂ ਇੱਥੇ ਬੀਜੇਪੀ ਦੀ ਮੀਟਿੰਗ ਦਾ ਬਾਈਕਾਟ ਕਰਨ ਆਏ ਸੀ, ਵਿਰੋਧ ਕਰਨ ਆਏ ਸੀ। ਸਾਨੂੰ ਪਤਾ ਲੱਗਾ ਮੀਟਿੰਗ ਕਰਕੇ ਪ੍ਰਸ਼ਾਸਨ ਨੇ ਕੱਢਤੇ ਅਤੇ ਕਹਿੰਦੇ ਬੀਜੇਪੀ ਦਾ ਲੀਡਰ ਕੋਈ ਰਿਵਾਲਵਰ ਦਿਖਾ ਰਿਹਾ ਹੈ ਕਿਸਾਨਾਂ ਨੂੰ ਮਾਰਨ ਵਾਸਤੇ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ 'ਤੇ ਆਰਮ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਜਦੋਂ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ, ਇਹ ਲੋਕਾਂ ਨੂੰ ਸਕਾਉਣ ਦੀ ਜ਼ਰੂਰਤ ਕਰਦੇ ਨੇ। ਸਭ ਤੋਂ ਪਹਿਲਾਂ ਪਰਚਾ ਬੀਜੇਪੀ 'ਤੇ ਹੋਣਾ ਚਾਹੀਦਾ। ਜਦੋਂ ਇਹਨਾਂ ਨੂੰ ਪਤਾ ਵੀ ਇਹਦੇ ਬਾਈਕਾਟ ਕਰ ਮੀਟਿੰਗ ਕਿਉਂ ਰੱਖਦੇ ਨੇ, ਇਹ ਲੋਕਾਂ ਨੂੰ ਭੜਕਾਉਣ ਵਾਸਤੇ ਮੀਟਿੰਗ ਰੱਖ ਰਹੇ ਨੇ। ਸਾਡੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ ਤੁਸੀਂ ਇਹਨਾਂ ਦੀ ਮੀਟਿੰਗਾਂ ਬੰਦ ਕਰੋ, ਨਹੀਂ ਤਾਂ ਇਹਦਾ ਵਿਰੋਧ ਉਹੀ ਹਾਲ ਹੋਊਗਾ ਜੋ ਪੂਰੇ ਪੰਜਾਬ 'ਚ ਹੋ ਰਿਹਾ, ਇਸ ਤਰ੍ਹਾਂ ਪ੍ਰਦਰਸ਼ਨ ਹੁੰਦਾ ਰਹੂਗਾ। A South Asian Canadian channel.